ਵਲੌਗਿੰਗ ਕਰ ਰਹੇ ਹੋ? ਜੀ ਵਲੌਗਿੰਗ ਕਰ ਰਹੇ। ਕਿੰਨਾ ਸਕੋਰ ਹੋਊਗਾ ਮਾਰਾ? 58। 58 ਹੈ ਜੀ। ਥੋੜਾ ਕਿਉਂ ਕੀ ਹੈ? ਬਸ ਪਹਿਲੀ ਫਸਟ ਟਾਈਮ ਆਇਆ ਕੱਚੀ ਵਿਕਟ ਤੇ। ਬਈ ਜਾਨ ਕਾਲਜ ਫਰੈਂਡ ਹੈ ਮੇਰਾ, ਤੇ ਬਹੁਤ ਦਿਨਾਂ ਬਾਅਦ ਅਸੀਂ ਸਾਡੀ ਮੁਲਾਕਾਤ ਹੋਈ ਹੈ, ਤੇ ਮੈਂ ਟੂਰਨਾਮੈਂਟ ਕਰਵਾ ਰਿਹਾ, ਅਚਾਨਕ ਹੀ ਇਹਨਾਂ ਦੀ ਟੀਮ ਆ ਗਈ। ਮੈਨੂੰ ਨਾ ਪਤਾ ਕਿ ਇਹਨਾਂ ਦੋਵਾਂ ਵਿੱਚ ਵੀ ਆਉਣਾ ਸ਼ਾਕਿਆ, ਤੇ ਇਹ ਦੋਵੇਂ ਆ ਗਏ ਨੇ। ਨਾਲ ਕੌਣ ਆਇਆ? ਪੂਰੀ ਟੀਮ ਹੀ ਆਈ ਹੈ। ਨਹੀਂ ਨਹੀਂ ਨਾਲ ਦੀ ਯਾਰ ਆ, ਅਲੀ। ਹਾਂ ਅਲੀ ਆਇਆ, ਅਲੀ ਆਇਆ ਟੈਣਾ। ਅਤੇ ਬਾਕੀ ਬਈ ਇਹ ਸਾਰੇ ਸਟੂਡੈਂਟ ਵੇਖਣਗੇ ਆਪਣਾ ਵਲੌਗ, ਤੁਹਾਡੇ ਨਾਲ ਦੇ ਜਿਹੜੇ ਹਨ। ਅਸਲਾਮ ਵਾਲੇਕਮ, ਸੁਣਾਓ ਜੀ ਕੀ ਹਾਲ ਚਾਲ ਹਨ? ਠੀਕ ਹੋ? ਸਿਹਤਾਂ ਤਬੀਅਤਾਂ ਕੈਸੀਆਂ? ਅੱਜ ਸਾਡਾ ਪਹਿਲਾ ਮੈਚ, ਟੂਰਨਾਮੈਂਟ ਕਰਵਾ ਰਹੇ ਹਾਂ। ਵੇਖੋ ਗਰਾਊਂਡ ਚੈੱਕ ਕਰੋ, ਬਾਉਂਡਰੀਆਂ ਲਾ ਛੜੀਆਂ ਹਨ, ਅਤੇ ਉਹ ਥੋੜ੍ਹੀ ਸੈਟਿੰਗ ਵਗੈਰਾ ਕਰਦੇ ਪਏ ਹਾਂ। ਝੰਡਾ ਆਉਂਦਾ ਬਈਆ, ਇਹ ਸਪੈਸ਼ਲ ਲੈਣਾ ਹੈ ਇੱਥੇ। ਅੱਜ ਪਹਿਲਾ ਮੈਚ ਹੈ ਟੂਰਨਾਮੈਂਟ ਦਾ, ਦੁਆ ਕਰੋ ਚੰਗਾ ਹੋ ਜਾਏ। ਮੌਸਮ ਵੀ ਖਰਾਬ ਹੈ, ਬਾਰਿਸ਼ ਨਹੀਂ ਹੋਣੀ ਚਾਹੀਦੀ, ਦੁਆਵਾਂ ਕਰੋ। ਮਲਕ ਸਾਹਿਬ ਆ ਗਏ ਚੂਨਾ ਛੂਨਾ ਸੱਟ ਕੇ। ਮਲਕ ਮੁੰਡਰੀਆਂ ਤਾਂ ਸੱਟ ਆ ਚੂਨਾ? ਇੱਧਰ ਤਾਂ ਵੇਖ ਯਾਰ, ਉਹ ਹਾਂ ਵੀ ਅੱਜ ਮੈਚ ਹੋ ਗਿਆ ਸ਼ੁਰੂ, ਇਫਤਤਾ ਹੀ ਮੈਚ ਕਰਵਾ ਰਹੇ ਹਾਂ ਪਹਿਲਾ ਮੈਚ ਟੂਰਨਾਮੈਂਟ। ਅਤੇ ਤੁਸੀਂ ਵੇਖੋ ਟੀਮਾਂ ਆ ਗਈਆਂ ਨੇ, ਖੇਡਦੀਆਂ ਪਈਆਂ ਨੇ, ਅਤੇ ਮਾਸ਼ਾਅੱਲਾ ਬਹੁਤ ਬੜੀ ਅੱਛੀ ਸ਼ਾਟ ਮਾਰੀ ਹੈ ਦੋਸਤੋ, ਹਟ ਕੇ 104 ਚੱਕ ਦੀ ਟੀਮ ਆਈ ਹੋਈ ਹੈ। ਅਤੇ ਕਾਮੇ ਵਾਲੀ ਦੋਵਾਂ ਟੀਮਾਂ ਦਾ ਪਹਿਲਾ ਮੈਚ, ਇਫਤਤਾਹੀ ਮੈਚ ਕਰਵਾ ਰਹੇ ਹਾਂ। ਬਾਈਜਾਨ 104 ਖੇਡ ਲਿਆ ਹੈ, ਬਾਕੀ ਆ ਤੁਸੀਂ ਵਹਿੰਦੇ ਪਏ ਹੋ। ਹੁਣ 104 ਵਾਲੀ ਬੋਲਿੰਗ ਕਰਸੀ ਦੀ, ਤੇ ਦੂਸਰੇ ਜਿਹੜੇ ਨੇ ਯਾਰ ਤਾੜੀਆਂ ਕਹਿੰਦੇ ਵਾਸਤੇ, ਮੇਰੇ ਵਾਸਤੇ ਚਲੋ ਖੈਰ, ਮੇਰੇ ਵਾਸਤੇ ਨਹੀਂ। ਔਰ ਸ਼ੁਕਰੀਆ ਅਦਾ ਕਰਦਾ ਹੈ ਕੋਨਾ ਨਾ, ਇੱਥੇ ਖੜਾ ਤੇ ਮੈਂ ਹੀ ਆ ਫਿਰ ਭਾਈ, ਔਰ ਮਾਰੀ ਖੁਸ਼ੀਆਂ ਕੁਚਾ ਆ। ਚਲੋ ਖੈਰ ਜੀ, ਸ਼ਾਮੂ ਆਇਆ ਜਾਨ। ਹਾਂਜੀ ਹਾਂ, ਵਲੌਗਿੰਗ ਕਰ ਰਹੇ ਹੋ? ਜੀ ਵਲੌਗਿੰਗ ਕਰ ਰਹੇ। ਕਿੰਨਾ ਸਕੋਰ ਹੋਊਗਾ ਮਾਰਾ? 58। 58 ਹੈ ਜੀ। ਥੋੜਾ ਕਿਉਂ ਕੀ ਹੈ? ਬਸ ਪਹਿਲੀ ਫਸਟ ਟਾਈਮ ਆਇਆ ਕੱਚੀ ਵਿਕਟ ਤੇ। ਬਈ ਜਾਨ ਕਾਲਜ ਫਰੈਂਡ ਹੈ ਮੇਰਾ, ਤੇ ਬਹੁਤ ਦਿਨਾਂ ਬਾਅਦ ਅਸੀਂ ਸਾਡੀ ਮੁਲਾਕਾਤ ਹੋਈ ਹੈ, ਅਤੇ ਮੈਂ ਟੂਰਨਾਮੈਂਟ ਕਰਵਾ ਰਿਹਾ, ਅਚਾਨਕ ਹੀ ਇਹਨਾਂ ਦੀ ਟੀਮ ਆ ਗਈ। ਮੈਨੂੰ ਨਾ ਪਤਾ ਕਿ ਇਹਨਾਂ ਦੋਵਾਂ ਵਿੱਚ ਵੀ ਆਉਣਾ ਸ਼ਾਕਿਆ, ਅਤੇ ਇਹ ਦੋਵੇਂ ਆ ਗਏ ਨੇ। ਨਾਲ ਕੌਣ ਆਇਆ? ਪੂਰੀ ਟੀਮ ਹੀ ਆਈ ਹੈ। ਨਹੀਂ ਨਹੀਂ ਨਾਲ ਦੀ ਯਾਰ ਆ, ਅਲੀ। ਹਾਂ ਅਲੀ ਆਇਆ, ਅਲੀ ਆਇਆ ਟੈਣਾ। ਅਤੇ ਬਾਕੀ ਬਈ ਇਹ ਸਾਰੇ ਸਟੂਡੈਂਟ ਵੇਖਣਗੇ ਆਪਣਾ ਵਲੌਗ, ਔਰ ਤੁਹਾਡੇ ਨਾਲ ਦੇ ਜਿਹੜੇ ਹਨ। ਹਾਂਜੀ 104 ਜਿਹੜੀ ਹੈ ਉਹ ਹਾਰ ਗਈ ਮੈਚ, ਪਹਿਲਾ ਮੈਚ ਅੱਜ ਉਹਨਾਂ ਦਾ ਹਾਰ ਗਏ ਨੇ, ਅਤੇ ਕਾਮੇ ਵਾਲੀ ਟੀਮ ਜਿਹੜੀ ਉਹ ਜਿੱਤ ਗਈ ਹੈ। ਹੁਣ ਵੇਖੋ ਦੂਸਰਾ ਮੈਚ ਕਰਵਾਉਣਾ ਕਿ ਨਹੀਂ ਹੈ, ਫਿਲਹਾਲ ਤਾਂ ਟੀਮਾਂ ਕੋਈ ਨਹੀਂ ਆਈਆਂ ਹੋਈਆਂ, ਇਹ ਦੋ ਆਈਆਂ ਨੇ। ਸਾਡੇ ਨਾਲ ਮੈਚ ਇੱਕ ਹੋਰ ਖੇਡੋ, ਬਾਕੀ ਹੁਣ ਅਸੀਂ ਕਿਵੇਂ ਖੇਡੀਏ, ਅਸੀਂ ਆਪ ਹੀ ਖੇਡਣ ਲੱਗ ਪਾਉਂਦੇ ਹਾਂ। ਆਨਸਰ ਮੀਆਂ ਠੀਕ ਹੋ ਗਿਆ ਭਾਈ ਜਾਨ, ਮੈਚ ਜਿੱਤ ਗਏ ਹਨ, ਆ ਵਹਿੰਦੇ ਪਏ ਹੋ, ਆ ਚੈੱਕ ਕਰੋ।
हां अली भाई आप मैच जीते हैं, बहुत बहुत मुबारक हो आपको। मुबारक। तो कैसा फील हो रहा है? बहुत खुशी महसूस कर रहे हैं हम भाई जान। पहला मैच कोशिश करेंगे क्या हम अगले मैच भी ऐसे ही खेले जिस तरह ये मोटा भाई खेल रहा है। अच्छी बात है यार, खेलना चाहिए ये। पर तुसी ना हुण मैं कार से दिखा छु गल सुना। चलो भाई ठीक है, पक्की गल है? पक्की गल है। काशी नु मैं नसाण वाला ठीक हो काशी ने देनी। ठीक है शॉट है बंदे कैच पा दी लिया यार, मैं तो आके छड़ देना सो क्यों सर। जी जी आज ही वाह वाह दिहाड़ी लग गई, मेरा दिल ना सुन भाई जी तू तो मैं उन्हें नहीं पहन सो मेरे को 5000 क्या 2000 दिते अल्लाह दिता वाली बात जी। उस दिता जना 5000 माशाल्लाह माशाल्लाह खुसूसी तामन बड़ी मेहरबानी है, बड़ी मेहरबानी ਦਮੀ ਤੂੰ ਤਾਂ ਮੈਂ ਉਹਨਾਂ ਹੀ ਕੋਈ ਸਾਡੀ ਦਿਹਾੜੀ ਅੱਜ ਵਾਹਵਾ ਲੱਗ ਗਈ ਜੀ। ਦੋ ਮੋਬਾਈਲ ਵੀ ਜਲ ਗਏ, ਦੋ ਮੋਬਾਈਲ 500 ਰੁਪਈਆ ਵੀ ਮੇਰੇ ਕੋਲ, ਐਂਟਰੀ ਵੀ ਮੈਂ ਲਈ ਉਹਨਾਂ ਕੋਲੋਂ। ਕਿੰਨੀ ਐਂਟਰੀ ਲਈ ਉਹਨਾਂ? ਫਿਲਹਾਲ 1500 ਦਿੱਤੀ ਏ, 2500 ਐਂਟਰੀ ਏ। ਅੱਛਾ ਤੇ ਉਹਨਾਂ ਕਿ ਬਾਕੀ ਅਸੀਂ ਉਹਨੇ ਦੇਣੇ ਆ। ਅੱਛਾ ਤੇ ਮੈਂ ਕਿ ਕੋਈ ਅਗਲੇ ਮੈਚ ਤੇ ਦੇ। ਚੱਲ ਭਾਈ ਜਾਨ ਗਰਾਊਂਡ 'ਚ ਬਾਹਰ ਆ, ਮਿਹਰਬਾਨੀ ਕਰ। ਅੱਛਾ ਜੀ ਭਾਈ ਜਾਨ, ਚਲੋ ਅੱਲਾ ਖੈਰ ਕਰ। ਸੀ ਸਵੇਰੇ ਅਸੀਂ ਨਾ ਜੀ 11-12 ਵਜੇ ਮੋਟਰਸਾਈਕਲ ਤੇ ਨਿਕਲ ਜਾਂ ਕਿਤੇ ਸਰਗੋਧ ਦੇ, ਫਿਰ ਟੋਰ ਸਾਂਗੇ ਇਹ ਮੋਟ ਸਾਡੇ ਕੋਲ ਪੈਸੇ ਆ ਨਾ 6500 ਤੇਰੇ ਕੋਲ ਦੋ ਮੋਬਾਈਲ ਜਿਹੜੇ 10-15000 ਦੇ ਵੇਖ ਜਾਣਾ। ਹਾਂ ਬੇਲੇ ਇਹ ਭਾਈ ਜਾਨ ਹੈ ਕਾਸ਼ੀ ਦਾ ਤੇ ਦੂਜਾ ਕਿਹਦਾ? ਇਹ ਪਤਾ ਨਹੀਂ ਭਾਈ ਕਿਹਦਾ, ਇਹ ਭਾਈ ਰਹਿਮਾਨ ਨਾਂਗੀ ਦਾ ਹੈ ਯਾਰ। ਨਾ ਲੈ ਯਾਰ, ਨਾ ਨਾ। ਅੱਛਾ ਅੱਛਾ ਹਾਂ ਆਓ ਖੜਾ ਹੈ। ਨਾ ਤੇ ਨਾ ਲੈ ਹੁੰਦਾ ਸੀ ਤੇ ਨਹੀਂ ਨਾ ਸੀ। ਅੱਛਾ ਅੱਛਾ ਉਹ ਵੈਸੇ ਮੈਂ ਤੇ ਨਹੀਂ ਭਾਈ ਜਾਨ ਦੱਸਦਾ ਪਿਆ ਵੀ ਇੱਕ ਰਹਿਮਾਨ ਨਾਂਗੀ ਦਾ ਇੱਕ ਕਾਸ਼ੀ ਦਾ, ਉਹ ਦੋਵੇਂ ਲੈ ਕੇ ਨਿਕਲ ਜੇ। ਠੀਕ ਹੋ ਗਿਆ ਤੇ ਬਾਕੀ ਅੱਜ ਕੋਟੇ ਸ ਬੰਦੇ ਨੂੰ ਪਾਉਂਦੀ ਪਈ ਮੈਂ ਆਨੇ ਵਾਲੇ ਭਾਈ ਦਾ ਨਾਮ, ਮੈਂ ਆਨੇ ਵਾਲੇ ਬੈਟਸਮੈਨ ਦਾ ਨਾਮ ਤਬਰੇਜ਼ ਭਾਈ ਐਂਡ ਅਦਰ ਓਲਡ ਸਟਾਰ ਫਰਾਮ ਸਾਊਥ ਅਫਰੀਕਾ ਅਲੀ ਸ਼ੇਰ ਖਾਨ ਸਾਊਥ 52 ਸਾਊਥ 52 ਬਾਲਰ ਮੋੜੋ ਕੱਪੜਿਆਂ ਚੋਂ ਬਾਹਰ ਹੋ ਗਿਆ। ਰੋਹਿਲ ਸਾਹਿਬ ਅਗਰ ਆਪ ਬਾਲ ਨਹੀਂ ਪਕੜੇਂਗੇ ਤੁਰੰਤ ਬਣੇਗੇ ਦੋ। ਆਪ ਸਹਿ ਦੇਖ ਕੇ ਜਨਾਬ ਇਸ ਬਾਲ ਕੋ ਪਕੜੇ, ਮਿਹਰਬਾਨੀ ਕਰ। ਮਾਸ਼ਾਅੱਲਾ ਹੈ ਲੇਕਿਨ ਅੱਛੀ ਬਾਲ ਖੂਬਸੂਰਤ ਬਾਲ ਲੈਗ ਬਾਈ ਥੀ ਬਹੁਤ ਪਿਆਰਾ ਯਾਰਕਰ ਖੈਰ ਕਦੇ ਕਦੇ ਲਗਾ ਲੈਤਾ ਨਾ